ਨਵਜੋਤ ਸਿੱਧੂ ਤੇ ਵਿਕਰਮਜੀਤ ਮਜੀਠੀਆ ਦੀ ਜੱਪੀ ਪਈ ਤਾਂ ਇੱਕ ਨਵੀਂ جنگ ਦਾ ਆਗਾਜ਼ ਹੋ ਗਿਆ ਉਹ جنگ ਸੀ ਟਵਿੱਟਰ ਦੀ جنگ ਪਾਮੇਜ਼ ਜੱਪੀ ਤੇ ਹੋਰ ਵੀ ਪ੍ਰਤੀਕਰਮ ਬਹੁਤ ਆਏ ਪਰ ਅੱਜ ਸਵੇਰੇ ਸੀਐਮ ਭਗਵੰਤ ਮਾਨ ਦੇ ਵੱਲੋਂ ਜੱਪੀ ਤੇ ਟਵੀਟ ਕੀਤਾ ਗਿਆ ਅਤੇ ਕਿਹਾ ਗਿਆ ਜਦੋਂ ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ ਧਾਰਮਿਕ ਸਥਾਨਾਂ ਤੇ ਟੈਂਕ ਚੜਾਉਣ ਵਾਲੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ ਸਮਗਲਰਾਂ ਨੂੰ ਗੱਡੀਆਂ ਦੇ ਵਿੱਚ ਬਿਠਾਉਣ ਵਾਲੇ ਗਲਗਲ ਤੇ ਤਾਲੀ ਠਕਵਾਉਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ 'ਚੋਂ ਪੈਸੇ ਕਮਾਉਣ ਵਾਲੇ ਹੋਵਣ ਸਾਰੇ ਇਕੱਠੇ ਇਹਨੂੰ ਕਹਿੰਦੇ ਆ ਇੱਕੋ 43 ਦੇ ਛੱਟੇ-ਵੱਟੇ ਬਸ ਇਸੇ ਟਵੀਟ ਦੇ ਆਉਣ ਦੀ देर ਸੀ ਤਾਂ ਵਿਕਰਮਜੀਤ ਮਜੀਠੀਆ ਨੇ ਵੀ ਸੋਚਿਆ ਹੋਣਾ ਕਿ ਮੈਂ ਕਿਉਂ ਪਿੱਛੇ ਰਹਾ ਤੋਂ ਨੇ ਵੀ ਸ਼ੇਅਰ ਦਾ ਜਵਾਬ ਸ਼ੇਅਰ ਦੇ ਵਿੱਚ ਦਿੱਤਾ ਅਤੇ ਕਿਹਾ ਜਦੋਂ ਸ਼ਰਾਬ ਨਾਲ ਰੱਜ ਕੇ ਤਖਤਾਂ ਤੇ ਜਾਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਿਆਸਤ ਨੂੰ ਚਮਕਾਉਣ ਵਾਲੇ ਦਰਬਾਰ ਸਾਹਿਬ ਦੇ ਹਮਲੇ ਲਈ ਜ਼ਿੰਮੇਵਾਰ ਪਰਿਵਾਰਾਂ ਨੂੰ ਜੱਪੀਆਂ ਪਾਉਣ ਵਾਲੇ ਗੁਰੂ ਘਰਾਂ ਤੇ ਧਾਰਾ 144 ਲਾਉਣ ਵਾਲੇ ਟੱਲੀ ਹੋ ਕੇ ਜਹਾਜ਼ਾਂ ਚੋਂ ਕੱਢੇ ਜਾਣ ਵਾਲੇ ਮਾਂ ਦੀ ਝੂਠੀ ਸੌਂ ਖਾਣ ਵਾਲੇ ਆਪਣੇ ਬੱਚਿਆਂ ਨੂੰ ਨਾ ਅਪਣਾਉਣ ਵਾਲੇ ਸਿੱਖ ਨੌਜਵਾਨਾਂ ਤੇ ਐਨਐਸਏ ਲਵਾਉਣ ਵਾਲੇ ਸੁਰੱਖਿਆ ਵਾਪਿਸ ਲੈ ਕੇ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲੇ ਲਾਰੈਂਸ ਵਿਸ਼ਨੋਈ ਦੀ ਇੰਟਰਵਿਊ ਕਰਵਾਉਣ ਵਾਲੇ 골ਡੀ ਬਰਾਡ ਤੇ ਬੀਐਮਡਬਲਯੂ ਦਾ ਝੂਠ ਫੈਲਾਉਣ ਵਾਲੇ ਸ਼ਹੀਦ ਪੱਗ ਸਿੰਘ ਦੀ ਥਾਂ ਆਪਣੀਆਂ ਤਸਵੀਰਾਂ ਲਗਵਾਉਣ ਵਾਲੇ ਐਸਵਾਈਐਲ ਰਾਹੀਂ ਹਰਿਆਣੇ ਨੂੰ ਪਾਣੀ ਦੀਆਂ ਗਰੰਟੀਆਂ ਦਿਵਾਉਣ ਵਾਲੇ ਪੰਜਾਬ ਨੂੰ ਦਿੱਲੀ ਦੇ ਰਿਮੋਟ ਤੇ ਚਲਾਉਣ ਵਾਲੇ ਪੰਜਾਬ ਦੇ ਸਿਰ 45000 ਕਰੋੜ ਦਾ ਕਰਜ਼ਾ ਚੜਾਉਣ ਵਾਲੇ ਜੇਲਾਂ ਚ ਬੈਠਿਆਂ ਨੂੰ ਚੇਅਰਮੈਨ ਲਾਉਣ ਵਾਲੇ ਕਟਾਰੂ ਚੱਕ ਦੀ ਸੋਚ ਨੂੰ ਚਮਕਾਉਣ ਵਾਲੇ ਬੱਚਿਆਂ ਦੀਆਂ ਝੂਟੀਆਂ ਸੌਹਾਂ ਖਾਣ ਵਾਲੇ ਸ਼ਰਾਬ ਨਾਲ ਰਾਜ ਟਵੀਟ ਕਰਕੇ ਸੰਡੇ ਮਨਾਉਣ ਵਾਲੇ ਤਾਂ ਫਿਰ ਇਸੇ ਚਲਦੀ ਜੰਗ ਦੇ ਵਿੱਚ ਨਵਜੋਤ ਸਿੱਧੂ ਵੀ ਆ ਕੁਦੇ ਅਤੇ ਉਹਨਾਂ ਸ਼ੇਅਰ ਵਾਲਾ ਟਵੀਟ ਉਹਨਾਂ ਨੇ ਵੀ ਠੋਕ ਕੇ ਮਾਰਿਆ ਉਨਾ ਕਿਹਾ ਕਿ ਜਦੋਂ ਲੋਕਤੰਤਰ ਨੂੰ ਵਿਜੀਲੈਂਸ ਤੰਤਰ ਬਣਾਉਣ ਵਾਲੇ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਪਿਆਦਾ ਬਣ ਰਿਮੋਟ ਕੰਟਰੋਲ ਨਾਲ ਚਲਾਉਣ ਵਾਲੇ ਪੰਜਾਬ ਦੇ ਮਾਫੀਆ ਨੂੰ ਕਮਿਸ਼ਨਰ ਲੈ ਕੇ ਸੁਰੱਖਿਆ ਕਵਚ ਪਹਿਨਾਉਣ ਵਾਲੇ ਮੀਡੀਆ ਨੂੰ ਇਸ਼ਤਿਹਾਰ ਦੇ ਲਾਲਚ ਦੇ ਵਿੱਚ ਨਚਾਉਣ ਵਾਲੇ ਪੰਜਾਬ ਦੇ ਕਰਜ਼ੇ ਤੇ ਕਰਜ਼ਾ ਚੜਾਉਣ ਵਾਲੇ ਸੈਂਟਰ ਸਰਕਾਰ ਨਾਲ ਸੌਦੇਕਰ ਪੰਜਾਬ ਨੂੰ ਗਿਰਵੀ ਰਖਵਾਉਣ ਵਾਲੇ ਪੰਜਾਬ ਦੇ ਅਮਨ ਅਮਾਨ ਨੂੰ ਰਾਜਨੀਤਿਕ ਸੂਬਿਆਂ 'ਚ ਉਲਝਾਉਣ ਵਾਲੇ ਝੂਠ ਵੇਚ ਕੇ ਫੋਕੇ ਐਲਾਨਾ ਦੇ ਪਲੰਦੇ ਬਣਾਉਣ ਵਾਲੇ ਪੂਜਣਯੋਗ ਮਾਂ ਦੀ ਝੂਠੀ ਸੋਂ ਖਾਣ ਵਾਲੇ ਮਨ ਕੇਸਰੀ ਸ਼ਹੀਦਾਂ ਵਾਲੀ ਪੱਗ ਸਿਰ ਤੇ ਵਿਆਦਾ ਸੇਹਰਾ ਸਜਾਉਣ ਵਾਲੇ ਆਪਣੇ ਚਿਹਰੇ ਤੇ ਲੱਗੀ ਧੂਲ ਨੂੰ ਸ਼ੀਸ਼ੇ ਦੀ ਧੂਲ ਸਮਝ ਕੇ ਮਿਟਾਉਣ ਵਾਲੇ ਇੱਥੇ ਇਹ ਵੀ ਦੱਸਦੇ ਚੱਲੀਏ ਕਿ ਇਸ جنگ ਦੀ ਸ਼ੁਰੂਆਤ ਉਸ ਜੱਫੀ ਤੋਂ ਬਾਅਦ ਹੋਈ ਸੀ ਜਿਹੜੀ ਸਮੂਹ ਪਾਰਟੀਆਂ ਦੀ ਇਕੱਤਰਤਾ ਵੇਲੇ ਨਵਜੋਤ ਸਿੱਧੂ ਨੇ ਬਿਕਰਮਜੀਤ ਮਜੀਠੀਆ ਨੂੰ ਪਾਈ ਸੀ ਟਵਿੱਟਰ ਦੀ ਇਸ ਚੰਗ ਬਾਰੇ ਤੁਹਾਡਾ ਕੀ ਪ੍ਰਤੀਕਰਮ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੁੜੇ ਰਹੋ ਆ ਰਹੇ ਮੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤਾਂ ਚਸ ਕਰਿ ਬਹਉਂਦੇ ਹੋ ਇਜਾਜ਼ਤ ਧੰਨਵਾਦ ਜੀ